ਸਰ, ਸਾਨੂੰ ਇੱਥੋਂ ਫੋਨ ਗਿਆ ਜੀ ਕਿ ਵੀ ਟਰਾਂਸਫਾਰਮਰ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਅਤੇ ਛੇਤੀ ਤੋਂ ਛੇਤੀ ਪਹੁੰਚੋ। ਅਤੇ ਅਸੀਂ ਸਰ ਸਭ ਤੋਂ ਪਹਿਲਾਂ ਆ ਕੇ ਗੱਡੀ ਆਪਣੀ ਲਾਈ ਅਤੇ ਅੱਗ ਨੂੰ ਕੰਟਰੋਲ ਕੀਤਾ ਜੀ। ਕਿਹੜੀ ਫੈਕਟਰੀ ਸੀ ਜੀ ਜਿੱਥੇ ਅੱਗ ਲੱਗੀ ਹੋਈ ਹੈ? ਇਹ ਇਕਨੋਮਿਕ ਫੈਕਟਰੀ ਸੀ ਭਾਜੀ, ਇੱਥੇ ਟਰਾਂਸਫਾਰਮਰ ਬਣਦੇ ਨੇ ਜੀ। ਨਹੀਂ ਤਾਂ ਕੀ ਪਿਆ ਸੀ ਜਿੱਥੇ ਅੱਗ ਲੱਗੀ ਜੀ? ਸਰ ਉੱਥੇ ਥਿਨਰ ਅਤੇ ਪੇਂਟ ਪਿਆ ਸੀ ਅਤੇ ਕੋਲ ਆਕਸੀਜਨ ਦੇ ਸਿਲੰਡਰ ਸੀਗੇ ਜੀ, ਜੇ ਮੌਕੇ 'ਤੇ ਨਾ ਪਹੁੰਚਦੇ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਨਹੀਂ, ਜਿਹੜੀ ਫੈਕਟਰੀ ਸੀ ਕੀ ਇਹਨਾਂ ਕੋਲ ਆਪਣੇ ਵੀ ਫਾਇਰ ਸਿਲੰਡਰ ਸੀਗੇ ਅੱਗ ਬੁਝਾਉਣ ਵਾਲੇ? ਫਾਇਰ ਸਿਲੰਡਰ ਹੈਗੇ ਸਰ? ਸਰ ਹੈਗੇ ਜੀ, ਲੱਗਿਆ ਹੋਇਆ ਸਿਸਟਮ ਇਹਨਾਂ ਕੋਲ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਦਾ ਜੀ? ਸਰ ਨੁਕਸਾਨ ਦਾ ਤਾਂ ਜੀ ਫੈਕਟਰੀ ਵਾਲੇ ਦੱਸਣਗੇ ਵੀ ਕਿੰਨਾ ਕੁ ਥਿਨਰ ਪਿਆ ਸੀ ਜਾਂ ਯਾਨੀ ਕਿ ਅੱਗ ਬਹੁਤ ਹਾਈ ਲੈਵਲ ਦੀ ਸੀ। ਕਿੰਨਾ ਕੁ ਟਾਈਮ ਲੱਗਿਆ ਅੱਗ 'ਤੇ ਕਾਬੂ ਪਾਉਣ? ਸਰ ਸਾਨੂੰ ਘੱਟੋ ਘੱਟ ਘੰਟਾ ਸਵਾ ਘੰਟਾ ਲੱਗ ਗਿਆ ਜੀ। ਕਿੰਨੀਆਂ ਗੱਡੀਆਂ ਲੱਗੀਆਂ ਜੀ? ਸਰ ਦੋ ਗੱਡੀਆਂ ਲੱਗੀਆਂ ਜੀ। ਇਹ ਸਰ ਅੱਗ ਆ ਜਿਹੜੀ, ਇਹ ਸਰ ਪਾਣੀ ਨਾਲ ਕੰਟਰੋਲ ਨਹੀਂ ਹੁੰਦੀ ਜੀ, ਇਹਦੇ ਲਈ ਇੱਕ ਸਪੈਸ਼ਲ ਫੋਮ ਹੁੰਦੀ ਹੈ ਜੀ, ਅਸੀਂ ਉਹ ਫੋਮ ਪਾ ਕੇ ਇਸ ਅੱਗ ਨੂੰ ਕੰਟਰੋਲ ਕੀਤਾ ਜੀ, ਤਾਂ ਇਹ ਕੰਟਰੋਲ ਹੋ ਗਈ। ਅਦਰਸਵਾਈ ਪਾਣੀ ਤਾਂ ਚਾਹੇ ਸਾਰੀ ਰਾਤ ਚੱਲੀ ਜਾਂਦਾ, ਇਹਨੇ ਕੰਟਰੋਲ ਨਹੀਂ ਸੀ ਹੋਣਾ ਜੀ। ਮਾਮਲਾ ਸੀ ਕੀ? ਪੂਰਾ ਮਾਮਲਾ ਸੀ ਦੇਖੋ ਜੀ, ਆਪਾਂ ਨੂੰ ਮੈਸੇਜ ਆਇਆ ਸੀ ਵੀ ਨਿਊ ਕੋਨ ਫੈਕਟਰੀ ਹੈਗੀ ਹੈ GT ਰੋਡ 'ਤੇ, ਅਤੇ ਉਹਨੂੰ ਅੱਗ ਲੱਗ ਗਈ ਅਤੇ ਅਸੀਂ ਮੌਕੇ 'ਤੇ ਪਹੁੰਚੇ ਹੈਗੇ ਹਾਂ। ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਵੀ ਕਰਤਾ ਸੀਗਾ ਮੈਸੇਜ ਪਹਿਲਾਂ, ਅਤੇ ਫਾਇਰ ਬ੍ਰਿਗੇਡ ਵਗੈਰਾ ਮੌਕੇ 'ਤੇ ਪਹੁੰਚ ਗਈਆਂ ਸੀਗੀਆਂ, ਜਿਨ੍ਹਾਂ ਨੇ ਅੱਗ ਨੂੰ ਤੁਰੰਤ ਕਾਬੂ ਪਾ ਲਿਆ। ਫਿਲਹਾਲ ਕੋਈ ਵੀ ਜਾਨੀ ਨੁਕਸਾਨ ਤੋਂ ਬਚਾ ਹੈ ਕੋਈ ਹੈ ਜੀ ਗੱਲ ਸਾਹਮਣੇ ਨਹੀਂ ਆਈ। ਸਰ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ, ਇਹਦੇ ਬਾਰੇ ਕੋਈ ਜਾਣਕਾਰੀ? ਦੇਖੋ ਜੀ, ਉਹ ਹੁਣ ਜਿਹੜੇ ਉਹਨਾਂ ਦੇ ਓਨਰ ਹੈਗੇ ਆ ਉਹ ਆਪਣਾ ਦੇਖਣਗੇ ਵੀ ਕਿੰਨਾ ਨੁਕਸਾਨ ਹੋਇਆ, ਉਸ ਤੋਂ ਉਹ ਬਾਅਦ 'ਚ ਲੱਗੂਗਾ ਪਤਾ। ਸਰ ਅੱਗ ਲੱਗਣ ਦੇ ਕੀ ਕਾਰਨ ਸੀਗੇ? ਦੇਖੋ ਜੀ, ਇਹ ਵੀ ਹੁਣ ਪੜਤਾਲ ਕਰ ਰਹੇ ਆ। ਵੈਸੇ ਤਾਂ ਇਹ ਕਹਿ ਰਹੇ ਵੀ ਸ਼ੋਰਟ ਸਰਕਟ ਕਰਕੇ ਇੱਥੇ ਥਿਨਰ ਵਗੈਰਾ ਪਿਆ ਹੁੰਦਾ ਇਹਨਾਂ ਦਾ ਜਿਹੜਾ ਯੂਜ਼ ਹੁੰਦਾ ਹੈ, ਸੋ ਉਸ ਕਰਕੇ ਜਿਹੜੀ ਹੈ ਅੱਗ ਲੱਗੀ ਹੈ। ਸਰ ਕਿੰਨੀ ਕੁ ਦੇਰ ਲੱਗੀ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ? ਦੇਖੋ ਜੀ, ਜਦੋਂ ਮੈਸੇਜ ਮਿਲਿਆ ਉਦੋਂ ਤੁਰੰਤ ਆ ਗਈ, ਅੱਧੇ ਪੌਣੇ ਘੰਟੇ 'ਚ ਮੀਨਸ ਕਾਬੂ ਪਾ ਲਿਆ ਸੀਗਾ। ਸਰ ਸਾਨੂੰ ਇੱਥੋਂ ਫੋਨ ਗਿਆ ਜੀ ਕਿ ਵੀ ਟਰਾਂਸਫਾਰਮਰ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਅਤੇ ਛੇਤੀ ਤੋਂ ਛੇਤੀ ਪਹੁੰਚੋ। ਅਤੇ ਅਸੀਂ ਸਰ ਸਭ ਤੋਂ ਪਹਿਲਾਂ ਆ ਕੇ ਗੱਡੀ ਆਪਣੀ ਲਾਈ ਅਤੇ ਅੱਗ ਨੂੰ ਕੰਟਰੋਲ ਕੀਤਾ ਜੀ। ਕਿਹੜੀ ਫੈਕਟਰੀ ਸੀ ਜੀ ਜਿੱਥੇ ਅੱਗ ਲੱਗੀ ਹੋਈ ਹੈ? ਇਹ ਇਕਨੋਮਿਕ ਫੈਕਟਰੀ ਸੀ ਭਾਜੀ, ਇੱਥੇ ਟਰਾਂਸਫਾਰਮਰ ਬਣਦੇ ਨੇ ਜੀ। ਨਹੀਂ ਤਾਂ ਕੀ ਪਿਆ ਸੀ ਜਿੱਥੇ ਅੱਗ ਲੱਗੀ ਜੀ? ਸਰ ਉੱਥੇ ਥਿਨਰ ਅਤੇ ਪੇਂਟ ਪਿਆ ਸੀ ਅਤੇ ਕੋਲ ਆਕਸੀਜਨ ਦੇ ਸਿਲੰਡਰ ਸੀਗੇ ਜੀ, ਜੇ ਮੌਕੇ 'ਤੇ ਨਾ ਪਹੁੰਚਦੇ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਨਹੀਂ, ਜਿਹੜੀ ਫੈਕਟਰੀ ਸੀ ਕੀ ਇਹਨਾਂ ਕੋਲ ਆਪਣੇ ਵੀ ਫਾਇਰ ਸਿਲੰਡਰ ਸੀਗੇ ਅੱਗ ਬੁਝਾਉਣ ਵਾਲੇ? ਫਾਇਰ ਸਿਲੰਡਰ ਹੈਗੇ ਸਰ? ਸਰ ਹੈਗੇ ਜੀ, ਲੱਗਿਆ ਹੋਇਆ ਸਿਸਟਮ ਇਹਨਾਂ ਕੋਲ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਦਾ ਜੀ? ਸਰ ਨੁਕਸਾਨ ਦਾ ਤਾਂ ਜੀ ਫੈਕਟਰੀ ਵਾਲੇ ਦੱਸਣਗੇ ਵੀ ਕਿੰਨਾ ਕੁ ਥਿਨਰ ਪਿਆ ਸੀ ਜਾਂ ਯਾਨੀ ਕਿ ਅੱਗ ਬਹੁਤ ਹਾਈ ਲੈਵਲ ਦੀ ਸੀ। ਕਿੰਨਾ ਕੁ ਟਾਈਮ ਲੱਗਿਆ ਅੱਗ 'ਤੇ ਕਾਬੂ ਪਾਉਣ? ਸਰ ਸਾਨੂੰ ਘੱਟੋ ਘੱਟ ਘੰਟਾ ਸਵਾ ਘੰਟਾ ਲੱਗ ਗਿਆ ਜੀ। ਕਿੰਨੀਆਂ ਗੱਡੀਆਂ ਲੱਗੀਆਂ ਜੀ? ਸਰ ਦੋ ਗੱਡੀਆਂ ਲੱਗੀਆਂ ਜੀ। ਇਹ ਸਰ ਅੱਗ ਆ ਜਿਹੜੀ, ਇਹ ਸਰ ਪਾਣੀ ਨਾਲ ਕੰਟਰੋਲ ਨਹੀਂ ਹੁੰਦੀ ਜੀ, ਇਹਦੇ ਲਈ ਇੱਕ ਸਪੈਸ਼ਲ ਫੋਮ ਹੁੰਦੀ ਹੈ ਜੀ, ਅਸੀਂ ਉਹ ਫੋਮ ਪਾ ਕੇ ਇਸ ਅੱਗ ਨੂੰ ਕੰਟਰੋਲ ਕੀਤਾ ਜੀ, ਤਾਂ ਇਹ ਕੰਟਰੋਲ ਹੋ ਗਈ। ਅਦਰਸਵਾਈ ਪਾਣੀ ਤਾਂ ਚਾਹੇ ਸਾਰੀ ਰਾਤ ਚੱਲੀ ਜਾਂਦਾ, ਇਹਨੇ ਕੰਟਰੋਲ ਨਹੀਂ ਸੀ ਹੋਣਾ ਜੀ। ਮਾਮਲਾ ਸੀ ਕੀ? ਪੂਰਾ ਮਾਮਲਾ ਸੀ ਦੇਖੋ ਜੀ, ਆਪਾਂ ਨੂੰ ਮੈਸੇਜ ਆਇਆ ਸੀ ਵੀ ਨਿਊ ਕੋਨ ਫੈਕਟਰੀ ਹੈਗੀ ਹੈ GT ਰੋਡ 'ਤੇ, ਅਤੇ ਉਹਨੂੰ ਅੱਗ ਲੱਗ ਗਈ ਅਤੇ ਅਸੀਂ ਮੌਕੇ 'ਤੇ ਪਹੁੰਚੇ ਹੈਗੇ ਹਾਂ। ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਵੀ ਕਰਤਾ ਸੀਗਾ ਮੈਸੇਜ ਪਹਿਲਾਂ, ਅਤੇ ਫਾਇਰ ਬ੍ਰਿਗੇਡ ਵਗੈਰਾ ਮੌਕੇ 'ਤੇ ਪਹੁੰਚ ਗਈਆਂ ਸੀਗੀਆਂ, ਜਿਨ੍ਹਾਂ ਨੇ ਅੱਗ ਨੂੰ ਤੁਰੰਤ ਕਾਬੂ ਪਾ ਲਿਆ। ਫਿਲਹਾਲ ਕੋਈ ਵੀ ਜਾਨੀ ਨੁਕਸਾਨ ਤੋਂ ਬਚਾ ਹੈ ਕੋਈ ਹੈ ਜੀ ਗੱਲ ਸਾਹਮਣੇ ਨਹੀਂ ਆਈ। ਸਰ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ, ਇਹਦੇ ਬਾਰੇ ਕੋਈ ਜਾਣਕਾਰੀ? ਦੇਖੋ ਜੀ, ਉਹ ਹੁਣ ਜਿਹੜੇ ਉਹਨਾਂ ਦੇ ਓਨਰ ਹੈਗੇ ਆ ਉਹ ਆਪਣਾ ਦੇਖਣਗੇ ਵੀ ਕਿੰਨਾ ਨੁਕਸਾਨ ਹੋਇਆ, ਉਸ ਤੋਂ ਉਹ ਬਾਅਦ 'ਚ ਲੱਗੂਗਾ ਪਤਾ। ਸਰ ਅੱਗ ਲੱਗਣ ਦੇ ਕੀ ਕਾਰਨ ਸੀਗੇ? ਦੇਖੋ ਜੀ, ਇਹ ਵੀ ਹੁਣ ਪੜਤਾਲ ਕਰ ਰਹੇ ਆ। ਵੈਸੇ ਤਾਂ ਇਹ ਕਹਿ ਰਹੇ ਵੀ ਸ਼ੋਰਟ ਸਰਕਟ ਕਰਕੇ ਇੱਥੇ ਥਿਨਰ ਵਗੈਰਾ ਪਿਆ ਹੁੰਦਾ ਇਹਨਾਂ ਦਾ ਜਿਹੜਾ ਯੂਜ਼ ਹੁੰਦਾ ਹੈ, ਸੋ ਉਸ ਕਰਕੇ ਜਿਹੜੀ ਹੈ ਅੱਗ ਲੱਗੀ ਹੈ। ਸਰ ਕਿੰਨੀ ਕੁ ਦੇਰ ਲੱਗੀ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ 'ਚ? ਦੇਖੋ ਜੀ, ਜਦੋਂ ਮੈਸੇਜ ਮਿਲਿਆ ਉਦੋਂ ਤੁਰੰਤ ਆ ਗਈ, ਅੱਧੇ ਪੌਣੇ ਘੰਟੇ 'ਚ ਮੀਨਸ ਕਾਬੂ ਪਾ ਲਿਆ ਸੀਗਾ।